ਖਾਲਸਾ ਵਾਹਿਗੁਰੂ ਜੀ ਫਤਿਹ। ਪਿਆਰੇ ਖਾਲਸਾ ਜੀ, ਆਪ ਜੀ ਨੇ ਜਥੇ ਵਿੱਚ ਜਾਣ ਵਾਲੇ ਸੱਜਣਾ ਦੇ ਪਾਸੋਂ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਜੋ ਜੋ ਸਿੱਖਾਂ ਦੇ ਨਾਲ ਵਾਅਦੇ ਕਰਕੇ ਗੌਰਮੈਂਟ ਨੇ ਮੁਕਰਨਾ ਕੀਤਾ ਹੈ, ਉਸ ਦੀ ਸਪਸ਼ਟਤਾ ਆਪ ਜੀ ਨੇ ਪ੍ਰਾਪਤ ਕੀਤੀ ਹੈ। ਨੇਤਾ ਪ੍ਰਤੇ ਇਸ ਸਟੇਜ ਦੇ ਉੱਪਰੋਂ ਸਤਿਕਾਰਯੋਗ ਗੁਰੂ ਪਿਆਰੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚਰਨ ਸਿੰਘ ਜੀ ਲੌਂਗੋਵਾਲ ਅਤੇ ਬਾਕੀ ਸਾਰੇ ਹੀ ਬੁਲਾਰੇ ਆਪਣੇ ਤਕਰੀਰ ਵਿੱਚ ਸ਼ਾਂਤੀ ਦਾ ਸੁਨੇਹਾ ਜਾਣ ਵਾਲੇ ਜਥੇ ਦੇ ਮੈਂਬਰਾਂ ਨੂੰ ਅਤੇ ਸਮੁੱਚੀ ਸੰਗਤ ਨੂੰ ਦਿੰਦੇ ਹਨ। ਪਰ ਇਹ ਨੇਤਾ ਪ੍ਰਤੀ ਸ਼ਾਂਤਮਈ ਦੇ ਬਾਵਜੂਦ ਵੀ ਜੋ ਅਤਿਆਚਾਰ ਵੱਧ ਰਿਹਾ ਹੈ, ਹੋ ਸਕਦਾ ਸਿੱਖਾਂ ਦਾ ਮਨ ਤਾਂ ਭਾਵੇਂ ਇਸ ਪਾਸੇ ਅਜੇ ਨਹੀਂ, ਪਰ ਮਜਬੂਰ ਹੋ ਕੇ ਸਿੰਘਾਂ ਨੂੰ ਸੋਚਣਾ ਪਵੇ। ਮੈਨੂੰ ਅੱਜ ਕਿਸੇ ਖਾਸ ਬੰਦੇ ਤੋਂ ਪਤਾ ਲੱਗਾ ਕਿ ਜਿਹੜੀ 18 ਤਰੀਕ ਨੂੰ ਜਾਂ ਸ਼ਾਇਦ ਹੋ ਸਕਦਾ ਇੱਕ ਦੋ ਦਿਨ ਬਾਅਦ, ਘੱਟ ਹੁਣ ਮੈਨੂੰ ਤਰੀਕ ਪੱਕੀ ਯਾਦ ਨਹੀਂ, ਜਿਹੜਾ ਇੱਥੇ ਕਾਂਡ ਹੋਇਆ ਬੱਸਾਂ ਦੇ ਸਾੜਨ ਦਾ, ਇਹ ਸਾਰੀ ਸ਼ਰਾਰਤ ਇੰਦਰਾ ਗਾਂਧੀ ਦੀ ਹੈ। ਬਹੁਤ ਕਿਸੇ ਨਿਕਟਵਰਤੀ ਤੋਂ ਪਤਾ ਲੱਗਾ ਹੈ ਕਿ ਉਹਨਾਂ ਇੱਕ ਘਾਟ ਘੜੀ ਆ ਦਰਬਾਰੇ ਨੂੰ ਕਹਿ ਕੇ ਅੰਮ੍ਰਿਤਸਰ ਵਿੱਚ ਸ਼ਰਾਰਤ ਕਰਵਾਈ ਜਾਵੇ, 4 ਤਰੀਕ ਨੂੰ ਬਹੁਤਾ ਇਕੱਠ ਨਾ ਹੋ ਸਕੇ ਅਤੇ ਉੱਥੇ ਗੜਬੜ ਕਰਵਾ ਕੇ ਕਿਸੇ ਤਰੀਕੇ ਨਾਲ ਦਰਬਾਰ ਸਾਹਿਬ ਦੇ ਹੱਦ ਦੇ ਵਿੱਚ ਪ੍ਰਵੇਸ਼ ਹੋ ਕੇ ਕੁਝ ਕੁ ਬੇਅਦਬੀ ਦੀਆਂ ਨਿਸ਼ਾਨੀਆਂ ਪ੍ਰਗਟ ਕੀਤੀਆਂ ਜਾਣ, ਗੜਬੜ ਕਰਵਾ ਕੇ ਮੁਖੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜਦੋਂ ਪ੍ਰਾਪੇ ਗੱਲਾਂ ਹੋਵੇਗਾ ਕਿ ਧਾਰਮਿਕ ਸਥਾਨਾਂ ਦੀ ਬੇਅਦਬੀ ਦਰਬਾਰ ਸਾਹਿਬ ਦੀ ਖਾਸ ਕਰਕੇ ਹੋਈ ਹੈ ਤਾਂ ਗੌਰਮੈਂਟ ਨੂੰ ਡਿਸਮਿਸ ਕੀਤਾ ਜਾਵੇ, ਆਮ ਵਰਕਰਾਂ ਨੂੰ ਛੱਡ ਕੇ ਜਿਹੜੇ ਅੱਤਵਾਦੀ ਹੈ ਉਹਨਾਂ ਨੂੰ ਖਤਮ ਕੀਤਾ ਜਾਵੇ। ਇਹ ਯੋਜਨਾ ਬਣਾਈ ਸੀ ਪਰ ਸਤਿਗੁਰੂ ਨੇ ਕਿਰਪਾ ਕੀਤੀ, ਉਹਨਾਂ ਦੀ ਸਫਲ ਨਹੀਂ ਹੋ ਸਕੀ ਤੇ ਸ਼ਾਇਦ ਉਹਨਾਂ ਨੂੰ ਇਹ ਇੱਕ ਬੜਾ ਭਾਰੀ ਭੁਲੇਖਾ ਹੈ ਕਿ ਅਸੀਂ 100-200 ਨੂੰ ਮਾਰ ਕੇ ਅੱਤਵਾਦੀਆਂ ਨੂੰ ਖਤਮ ਕਰ ਦੇਵਾਂਗੇ। ਦਿੱਲੀ, ਬੰਬੇ ਅਤੇ ਟਾਟਾ ਨਗਰ, ਪਟਨਾ ਸਾਹਿਬ, ਬਕਾਰੋ, ਭਲਾਈ, ਦੁਰਗ, ਮਾਂਡਲਾ ਆਦਿਕ, ਕਸ਼ਮੀਰ ਤੱਕ, ਬਾਕੀ ਪੰਜਾਬ ਦੇ ਸਾਰੇ ਥਾਵਾਂ ਤੇ ਸਿੱਖਾਂ ਦਾ ਪੁੱਤਰ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਅੱਜ ਐਸਾ ਕੋਈ ਵੀ ਨਹੀਂ ਜਿਹੜਾ ਗੁਰਮਤ ਦੇ ਮੁਤਾਬਕ ਅੱਤਵਾਦੀ ਨਾ ਹੋਵੇ। ਇੱਕ ਦੋਵਾਂ ਚੋਹਾਂ ਨੂੰ, 1-2 ਲੱਖ ਨੂੰ ਮਾਰਿਆ ਇਹ ਕੌਮ ਖਤਮ ਨਹੀਂ ਹੋਵੇਗੀ। ਐਸ ਸਥਾਨ ਤੋਂ ਨੇਤਾ ਪ੍ਰਤੀ ਤੁਰਨ ਵਾਲੇ ਜਥੇ ਸਮੇਤ ਲੀਡਰਾਂ ਦੇ, ਪ੍ਰਧਾਨਾਂ ਦੇ ਅਤੇ ਅਖਬਾਰਾਂ ਵਾਲਿਆਂ ਦੇ ਸਮੇਤ ਬਾਹਾਂ ਖੜੀਆਂ ਕਰਕੇ ਆਪਣੀਆਂ ਟੈਲੀਵਿਜ਼ਨ 'ਚ ਫੋਟੋ ਦੇ ਕੇ ਤੇ ਟੇਪ ਰਿਕਾਰਡ ਕਰਕੇ ਗਏ ਹੈ ਤੇ ਗੌਰਮੈਂਟ ਵਾਲੇ ਤੁਹਾਡਾ ਸਵਰਨ ਸਿੰਘ ਵੀ ਬਾਹਾਂ ਖੜੀਆਂ ਕਰਕੇ ਤੇ ਅੱਤਵਾਦੀ ਕਹਿ ਕੇ ਟੇਪ ਰਿਕਾਰਡ ਭਰ ਕੇ ਗਿਆ ਮੇਰੇ ਕੋਲ। ਉਹ ਵੀ ਕਹਿ ਕੇ ਗਿਆ ਕਿ ਮੈਂ ਅੱਤਵਾਦੀ ਹਾਂ। ਮਤਾ ਖਿਆਲ ਕਰੋ, 50-70-100 ਬੱਸ ਨੂੰ ਮਾਰ ਕੇ ਤੇ ਕੰਮ ਖਤਮ ਹੋ ਜਾਵੇਗਾ। ਇਹ ਜਿਸ ਤਰ੍ਹਾਂ ਕਰ ਰਹੇ ਹੋ, ਕੌਮ ਬਹੁਤ ਸ਼ਾਂਤੀ ਰੱਖ ਰਹੀ ਹੈ ਤੇ ਰੱਖਣੀ ਚਾਹੀਦੀ ਹੈ, ਪਰ ਜਿਹੜੀ ਅੱਜ ਦੀ ਘਟਨਾ ਵਾਪਰੀ ਹੈ ਇਸ ਘਟਨਾ ਨੇ ਸਾਰਿਆਂ ਦੇ ਮਨ ਨੂੰ ਬਹੁਤ ਝੰਜੋੜਿਆ ਹੈ। ਜਿਸ ਦਿਨ ਤੋਂ ਮੋਰਚਾ ਆਰੰਭ ਹੋਇਆ ਉਸ ਦਿਨ ਤੋਂ ਲੈ ਕੇ ਜਿਹੜੇ ਸਿੰਘ ਦੀ ਅੱਜ ਗੋਲੀ ਵੱਜੀ ਹੈ ਉੱਥੇ ਦਰਬਾਰ ਸਾਹਿਬ ਵਿੱਚ ਅਥਵਾ ਇਸ ਏਰੀਏ ਦੇ ਵਿੱਚ ਪੰਥਕ ਮੋਰਚੇ ਦੇ ਸੰਬੰਧ ਵਿੱਚ ਇੱਥੇ ਉਹ ਰਹਿ ਰਿਹਾ। ਸੋ ਜਦੋਂ ਵੀ ਜੱਥਾ ਤੁਰਦਾ ਹੈ ਉਸ ਵੇਲੇ ਗ੍ਰਿਫਤਾਰੀ ਤੋਂ ਪਹਿਲਾਂ ਜਿਹੜੇ ਸਿੰਘ ਅੱਗੇ ਚੱਲਦੇ ਜਕਾਰੇ ਲਾਉਂਦੇ ਹੈ
ਉਹਨਾਂ ਵਿੱਚੋਂ ਪੰਥਕ ਹੁਕਮ ਨੂੰ ਮੰਨ ਕੇ ਆਪਣੀ ਹਾਜ਼ਰੀ ਭਰਦਾ ਤੇ ਗੁਰਮਤਿ ਮੁਤਾਬਕ ਜਿਹੜੇ ਨਾਅਰੇ ਸੰਕੇਤ ਤੋਂ ਦਿੱਤੇ ਜਾਂਦੇ ਉਹ ਲਾਉਂਦਾ ਸੀ। ਪਰ ਅੱਜ ਜਿਹੜੀ ਖਬਰ ਸੁਣੀ ਹੈ, ਜਿਹੜੇ ਉਸ ਸਿੰਘ ਦੇ ਨਾਲ ਸੀ, ਦੂਜਿਆਂ ਤੋਂ ਨਹੀਂ, ਇੱਕ ਤਾਂ ਉਹਨਾਂ ਨੇ ਇੱਥੇ ਗੱਲਾਂ ਗਾਹਾਂ ਦੀਆਂ ਬਣੀ ਜਾਂਦੀਆਂ, ਜਿਹੜੇ ਸਿੰਘ ਉਹਦੇ ਨਾਲ ਸੀ ਉਹਨਾਂ ਸਿੰਘਾਂ ਨੇ ਦੱਸਿਆ, ਅਖਬਾਰਾਂ ਵਾਲਿਆਂ ਵੀਰਾਂ ਨੂੰ ਵੀ ਪਤਾ ਉਹਨਾਂ ਵਿੱਚੋਂ ਵੀ ਕੁਝ ਨਾਲ ਸੀ। ਗਵਰਨਮੈਂਟ ਦੀ ਪੁਲਿਸ ਦੀ ਗੱਡੀ ਆਈ, ਸੋ ਉਸ ਗੱਡੀ ਦੇ ਵਿੱਚੋਂ ਆਵਾਜ਼ ਦਿੱਤੀ ਕਿ ਤੂੰ ਇੱਥੇ ਖੜੋ। ਉਹਨੇ ਪੁੱਛਿਆ, ਮੇਰਾ ਗੁਨਾਹ ਕੋਈ ਨਹੀਂ, ਮੇਰਾ ਕੀ ਕਸੂਰ ਹੈ, ਤੁਰਿਆ ਆ ਰਿਹਾ। ਇੰਨੀ ਗੱਲ ਹੀ ਕਹੀ ਕਿ ਮੇਰਾ ਗੁਨਾਹ ਕੀ ਹੈ, ਉਹ ਬਾਰੀ ਖੋਲ ਕੇ ਛੇਤੀ ਦੇ ਨਾਲ ਹਥਿਆਰ ਚਲਾਉਣ ਲੱਗੇ। ਉਹ ਸਿੰਘ ਵਾਕੇ ਜਰਾ ਪਾਸੇ ਹੋਇਆ ਤੇ ਪਿੱਛੋਂ ਕੰਡ ਵਿੱਚ ਗੋਲੀ ਮਾਰ ਦਿੱਤੀ, ਅਖੇ ਜੀ ਭੱਜਣ ਲੱਗਾ ਸੀ। ਮਤਲਬ ਇਹ ਹੈ ਕਿ ਅਸੀਂ ਜੇ ਬਾਹਰੋਂ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਲਈ ਆਉਣਾ ਤਾਂ ਸਾਡੇ ਤੇ ਪਾਬੰਦੀ ਹੈ ਕਿ ਇਹ ਮੁਗਲਾਂ ਨਾਲੋਂ ਘੱਟ ਹੈ, ਇਹ ਮੁਸਲਮਾਨਾਂ ਨਾਲੋਂ ਅੱਜ ਜ਼ਮਾਨਾ ਘੱਟ ਹੈ। ਸਿੰਘੋ, ਬਾਬਾ ਮਨੀ ਸਿੰਘ ਸਾਹਿਬ ਨੇ ਜਿਸ ਵੇਲੇ ਬੰਦ ਬੰਦ ਕਟਵਾਇਆ ਉਦੋਂ ਇਹੋ ਜਿਹੀ ਹਾਲਤ ਸੀ, ਸਿੰਘਾਂ ਤੇ ਪਾਬੰਦੀ ਲੱਗੀ ਸੀ। ਮਾਇਆ ਸਿੰਘਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ, ਤੁਹਾਡੇ ਸੀਸ ਦੀ, ਤੁਹਾਡੇ ਸਰੀਰ ਦੀ ਬੜੀ ਭਾਰੀ ਲੋੜ ਹੈ, ਕਿਰਪਾ ਕਰੋ, ਅਸੀਂ ਤੁਹਾਡੇ ਬਰਾਬਰ ਬਹੁਤ ਮਾਇਆ ਤੋਲ ਕੇ ਦੇ ਦਿੰਦੇ ਹਾਂ, ਆਪਣੇ ਸਰੀਰ ਨੂੰ ਬਚਾਓ। ਤਾਂ ਬਾਬਾ ਮਨੀ ਸਿੰਘ ਸਾਹਿਬ ਨੇ ਕਿਹਾ ਸੀ ਕਿ ਸਿੰਘੋ, ਇਹ ਸਿੱਖਾਂ ਦੇ ਗਾੜੇ ਪਸੀਨੇ ਦੀ, ਮਜ਼ਲੂਮਾਂ ਦੇ ਗਾੜੇ ਪਸੀਨੇ ਦੀ ਕੀਤੀ ਹੋਈ ਕਮਾਈ ਅਸੀਂ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਗਵਰਨਮੈਂਟ ਦੇ ਖਜ਼ਾਨੇ ਵਿੱਚ ਨਹੀਂ ਜਾਣ ਦੇਵਾਂਗੇ। ਅੱਜ ਵੀ ਉਹੀ ਹਾਲਤ ਹੈ। ਅਕਾਲੀ ਦਲ ਨੇ ਰਲ ਕੇ ਮੋਰਚਾ ਆਰੰਭ ਕਰ ਦਿੱਤਾ ਕਿ ਜਿਹੜੀ ਮਜ਼ਲੂਮਾਂ ਤੇ ਗਰੀਬਾਂ ਤੇ ਕਿਸਾਨਾਂ ਦੀ ਗਾੜੇ ਪਸੀਨੇ ਦੀ ਕੀਤੀ ਹੋਈ ਕਮਾਈ ਸੈਂਟਰ ਇੱਥੋਂ ਲੁੱਟ ਕੇ ਸੈਂਟਰ ਵਿੱਚ ਲਿਜਾ ਕੇ ਆਪ ਆਨੰਦ ਮਾਣ ਰਹੀ ਹੈ ਤੇ ਕਮਾਈ ਕਰਨ ਵਾਲੇ ਨੂੰ ਕੰਗਲੇ ਕੰਗਾਲ ਬਣਾ ਰਹੀ ਹੈ। ਇਹ ਨਹੀਂ ਬਣ ਦੇਣਾ। ਸਾਡੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਭੰਗ ਕਰ ਰਹੀ ਹੈ, ਅਸੀਂ ਇਸਨੂੰ ਸ਼ਾਂਤੀ ਨਾਲ ਰੋਕਣਾ ਹੈ। ਪਰ ਸ਼ਾਂਤੀ ਨਾਲ ਰੋਕਦਿਆਂ ਰੋਕਦਿਆਂ ਅੱਜ ਤੁਰਿਆ ਆਉਂਦੇ ਨੇ, ਗੋਲੀਆਂ ਵੱਜ ਰਹੀਆਂ। ਇੱਕ ਸੱਜਣ ਹੁਣੇ ਆਇਆ ਸੀ, ਜਦੋਂ ਮੈਂ ਇੱਧਰ ਨੂੰ ਆ ਰਿਹਾ ਹੈ, ਜਲਾਲਾਬਾਦ ਫਾਜ਼ਿਲਕਿਆਂ ਦੇ ਕੋਲ ਨਾਲੇ ਦੇ ਵਿੱਚ ਮੁਕਤਸਰ ਤੋਂ ਕੁਝ ਪਰੇ ਪਿੰਡ ਹੈ, ਉਸ ਨਗਰ ਦਾ ਭਾਈ ਜਗਿੰਦਰ ਸਿੰਘ ਲੱਧੂਵਾਲ ਪਿੰਡ ਦਾ ਨਾਮ ਹੈ। ਜਿਸ ਦਿਨ ਗੱਡੀਆਂ ਦਿੱਲੀ ਨੂੰ ਗਈਆਂ, ਜਲੂਸ ਦੇ ਰੂਪ ਵਿੱਚ ਸ਼ਹੀਦ ਸਿੰਘਾਂ ਦੀਆਂ ਅਸਥੀਆਂ ਲੈ ਕੇ ਉਹਦੇ ਉਹ ਡਰਾਈਵਰੀ ਦੇ ਰੂਪ ਵਿੱਚ ਨਾਲ ਉੱਥੇ ਗਿਆ, ਹਾਜ਼ਰੀ ਭਰੀ ਹੈ। ਇੱਥੇ ਕਾਫੀ ਦਿਨ ਰਹਿ ਕੇ ਆਪਣੇ ਪਿੰਡ ਨੂੰ ਗਿਆ, ਯੂਨੀਅਨ ਦਾ ਸ਼ਾਇਦ ਉਹ ਪ੍ਰਧਾਨ ਵੀ ਹੈ, ਉਹ ਆਪਣੇ ਯੂਨੀਅਨ ਵਿੱਚ ਬੈਠਾ ਚੱਕਾ ਵਾਲਿਆਂ ਵਿੱਚ, ਤੇ ਥਾਣੇਦਾਰ ਨੇ ਸੁਨੇਹਾ ਭੇਜਿਆ, ਭਾਈ ਜਗਿੰਦਰ ਸਿੰਘ ਤੁਹਾਡਾ ਟਰੱਕਾਂ ਵਾਲੇ ਦਾ ਕੁਝ ਰੌਲਾ ਤੇ ਤੁਹਾਨੂੰ ਥਾਣੇ ਸੱਚੀ ਦਾ ਬੁਲਾਈਦਾ। ਉਹ ਥਾਣੇ ਚਲਾ ਗਿਆ, ਉੱਥੋਂ ਪਕੜ ਕੇ ਜੀਪ 'ਚ ਸੁੱਟ ਕੇ ਤੇ ਫਰੀਦਕੋਟ ਲੈ ਆਏ। ਸੱਜਿਆ ਇਸ ਵਾਸਤੇ ਤੁਹਾਡਾ ਯੂਨੀਅਨ ਦਾ ਰੌਲਾ, ਤੇ ਉੱਥੋਂ ਪਕੜ ਲੈ ਕੇ ਤੂੰ ਪਿੰਡਰਾਂ ਵਾਲਿਆਂ ਨਾਲ। ਹੁਣ ਅਸੀਂ ਪੰਥ ਦਾ ਹੁਕਮ ਤਾਂ ਮੰਨਣਾ ਜ਼ਰੂਰ ਹੈ, ਪਰ ਸਾਨੂੰ ਸੋਚਣਾ ਮਜਬੂਰ ਹੋ ਕੇ ਜ਼ਰੂਰ ਪਵੇਗਾ ਵੀ ਅਸੀਂ ਕਿੰਨਾ ਕੁ ਚਿਰ ਮੰਨਣਾ ਤੇ ਕਿਹੋ ਜਿਹਾ ਮੰਨਣਾ। ਨੇਤਾ ਪ੍ਰਤੀ ਤੋਂ ਕਹਿ ਰਿਹਾ ਕਿ ਨੌਜਵਾਨਾਂ ਨੂੰ ਅਸੀਂ ਰੋਕ ਨਹੀਂ ਸਕਦੇ, ਤੇ ਸ਼ਾਇਦ ਗਵਰਨਮੈਂਟ ਨੇ ਸਾਡੀ ਸ਼ਾਂਤੀ ਨੂੰ ਇਹ ਸਮਝ ਲਿਆ ਕਿ ਇਹ ਕਾਇਰ ਹੈਗੇ ਹੈ। ਨੇਤਾ ਪ੍ਰਤੀ ਕਹਿ ਛੱਡਦੇ, ਸਟੇਜ ਤੋਂ ਕਰਦੇ ਤਾਂ ਕੁਝ ਹੈ ਨਹੀਂ, ਸ਼ਾਇਦ ਗਵਰਨਮੈਂਟ ਕੁਝ ਨਾ ਕੁਝ ਕਰਵਾਉਣਾ ਚਾਹੁੰਦੀ ਹੋਵੇਗੀ। ਇਹਨਾਂ ਦਾ ਜਿਹੜਾ ਕੋਈ ਫਲ ਨਤੀਜਾ ਭੁਗਤਣਾ ਪੈਣਾ ਹੈ, ਉਹ ਸਾਰਿਆਂ ਨੂੰ ਭੁਗਤਣਾ ਪੈਣਾ ਜੋ ਇੱਥੋਂ ਦਾ ਵਸਨੀਕ ਹੈ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਸਿੱਖ ਹੋਵੇ, ਚਾਹੇ ਮੁਸਲਮਾਨ ਤੇ ਕੋਈ ਈਸਾਈ ਹੋਵੇ। ਜਦੋਂ ਭਾਂਬੜ ਕੋਈ ਮੱਚਿਆ, ਉਹਦੇ ਸਾਰੇ ਝੁਲਸੇ ਜਾਣੇ ਹੈ। ਮੈਂ ਆਪਣੇ ਵੱਲੋਂ ਸਮੁੱਚੇ ਤੌਰ ਤੇ, ਵਿਸ਼ੇਸ਼ ਤੌਰ ਤੇ ਪੰਜਾਬ ਵਾਸੀਆਂ ਨੂੰ, ਸਮੁੱਚੇ ਤੌਰ ਤੇ ਸਾਰੇ ਜਗਤ ਦੇ ਸਿੱਖਾਂ ਨੂੰ ਤੇ ਨੌਜਵਾਨਾਂ ਨੂੰ ਪੁਰ ਜ਼ੋਰ ਬੇਨਤੀ ਕਰਦਾ ਹਾਂ ਕਿ ਸਿੰਘੋ, ਹੁਣ ਸੌਣ ਦਾ ਸਮਾਂ ਨਹੀਂ। ਕੰਡ ਵਿੱਚ ਤੁਰਿਆ ਆਉਂਦਿਆਂ ਸ਼ਾਂਤੀ ਸਹਿਤ ਰਹਿੰਦਿਆਂ ਬੇਕਸੂਰਿਆਂ ਗੋਲੀਆਂ ਖਾ ਕੇ ਮਰਨ ਨਾਲ ਆਪਣਾ ਹੱਕ ਲੈ ਕੇ ਮਰ ਜਾਣਾ ਬੜਾ ਭਾਰੀ ਯੋਗ ਹੋਵੇਗਾ। ਇਹ ਜ਼ਿੰਮੇਵਾਰੀ
ਆਪਾਂ ਨੂੰ ਸਾਰਿਆਂ ਨੂੰ ਆਪੋ ਆਪਣੇ ਤੇ ਲੈਣੀ ਚਾਹੀਦੀ ਹੈ। ਮਾਤਾ ਕਿਸੇ ਦਾ ਹੁਕਮ ਉਡੀਕੋ, ਰਹਿਣਾ ਸ਼ਾਂਤ ਹੈ। ਜੋ ਪੰਥ ਨੇ ਹੁਕਮ ਕੀਤਾ ਦੀ ਉਲੰਘਣਾ ਨਹੀਂ ਕਰਨੀ। ਔਰ ਐਸਾ ਨਹੀਂ ਕਿ ਤੁਰੇ ਰਹੋਨੇ ਆ ਤੇ ਜਿੰਨੇ ਮਰਜ਼ੀ 10-15-20-100 ਨੂੰ ਇਹ ਇੱਕ ਇੱਕ ਬੰਦਾ ਗੋਲੀਆਂ ਮਾਰ ਕੇ ਤੇ ਭੁੰਨੀ ਜਾਵੇ। ਹਾਂ, ਜਦੋਂ ਜਾਂਦੇ ਹੋਣਾ ਮੋਰਚੇ ਵਿੱਚ ਜਥੇ ਦੇ ਸਿੰਘਾਂ ਨੇ ਜਾਣਾ, ਸਟੇਜ ਤੋਂ ਹੁਕਮ ਹੋ ਗਿਆ ਸ਼ਾਂਤੀ ਰੱਖਣੀ ਹੈ। ਜੋ ਮਰਜ਼ੀ ਸਾਡੇ ਨਾਲ ਤਸ਼ੱਦਦ ਕਰਨਾ, ਆਪਾਂ ਸ਼ਾਂਤੀ ਜ਼ਰੂਰ ਰੱਖਣੀ ਹੈ। ਪਰ ਇੱਕ ਬੰਦਾ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਆ ਰਿਹਾ ਹੈ ਤੇ ਉਹਦੇ ਗੋਲੀਆਂ ਵੱਜਣੀਆਂ ਸ਼ੁਰੂ ਹੋ ਜਾਣ, ਉਹਨੂੰ ਤਾਂ ਪੰਥ ਨੇ ਨਹੀਂ ਕਿਹਾ ਵੀ ਤੂੰ ਸ਼ਾਂਤੀ ਰੱਖਣੀ ਹੈ। ਉਹਨੂੰ ਲੌਂਗੋਵਾਲ ਜੀ ਨੇ ਕਿਹੜਾ ਸੁਨੇਹਾ ਭੇਜਿਆ ਤੂੰ ਦਰਬਾਰ ਸਾਹਿਬ ਨੂੰ ਆਉਣ ਦੇ ਫਿਰ ਸ਼ਾਂਤੀ ਰੱਖੀ? ਸ਼ਾਂਤੀ ਤਾਂ ਇਹਨਾਂ ਨੂੰ ਕਿਹਾ। ਤੇ ਤੁਸੀਂ ਕਹਿੰਦੇ ਜੀ ਲੌਂਗੋਵਾਲ ਇੱਥੋਂ ਐਲਾਨ ਕਰਨ, ਭਿੰਡਰਾਂ ਵਾਲੇ ਐਲਾਨ ਕਰਨ, ਤੁਸੀਂ ਵੀ ਆਪਣੇ ਮਨ ਵਿੱਚ ਸੋਚੋ ਕਿ ਅਸੀਂ ਸਿੱਖ ਹੈ। ਸਿੱਖੀ ਨਾਲ ਪਿਆਰ ਕਰਨਾ, ਸਤਿਗੁਰੂ ਗ੍ਰੰਥ ਸਾਹਿਬ ਤੇ ਪੂਰਨ ਨਿਸ਼ਚਾ ਰੱਖਣਾ, ਆਪੋ ਆਪਣੇ ਥਾਵਾਂ ਤੇ ਪੂਰੇ ਤਿਆਰ ਪ੍ਰਤਿਆਰ ਰਹਿਣਾ। 3 ਮਹੀਨੇ ਤੋਂ ਉੱਪਰ ਹੋ ਗਿਆ ਸਮੇਂ ਨੂੰ ਨੇਤਾ ਪ੍ਰਤੀ ਬੇਨਤੀਆਂ ਕਰਦਾ ਆ ਰਿਹਾ ਹਾਂ ਕਿ ਸਿੰਘੋ ਸ਼ਾਂਤੀ ਵੀ ਰੱਖੋ, ਪਰ ਜੇ ਮੁਹੱਲਾ ਵਿੱਚ ਰਹਿੰਦੇ ਹਾਂ ਤੇ ਕੱਚੀਆਂ ਕੋਠੀਆਂ 'ਚ ਰਹੋ, ਕੱਚਿਆਂ 'ਚ ਰਹਿੰਦੇ ਤੇ ਕੁੱਲੀਆਂ 'ਚ ਰਹੋ, ਕੁੱਲੀਆਂ 'ਚ ਰਹਿੰਦੇ ਤੇ ਰੜੇ ਪੱਧਰੇ ਤੋਂ ਰਾਤਾਂ ਕੱਟ ਲਵੋ, ਰੋਟੀ ਬੇਸ਼ੱਕ ਹੱਥ ਪੈਰੀ ਕਰ ਦਿਓ ਪਰ ਹਥਿਆਰ ਤੋਂ ਬਿਨਾਂ ਖਾਲੀ ਨਾ ਰਹੋ। ਜੇ ਹਥਿਆਰ ਕੋਲ ਹੋਣ ਤੇ ਜਦੋਂ ਤੁਰਿਆ ਉਹਨਾਂ ਨੇ ਕੋਈ ਗੋਲੀ ਮਾਰਦਾ, ਘੱਟ ਤੋਂ ਘੱਟ ਆਪਣਾ ਹੱਕ ਤਾਂ ਲੈ ਲਓ, ਜੇ ਹੋਰ ਕੁਝ ਨਹੀਂ ਹੋਵੇਗਾ ਤੇ। ਤੇ ਜਦੋਂ ਘਰੋਂ ਤੁਰਦੇ ਆ ਸਿਨਮੇ 'ਚ ਭਾਵੇਂ 50 ਰੁਪਈਏ ਟਿਕਟ ਤੇ ਲੱਗ ਜਾਣ, ਰੌਣ ਤੇ ਕਹਿੰਦੇ 5 ਵੀ ਨਹੀਂ ਲਾਉਣੇਗੇ ਕਾਰਤੂਸ ਤੇ, ਤੇ ਫਿਰ ਗੋਲੀਆਂ ਵੱਜਣੀਆਂ ਹੋਊਗਾ ਕੀ? 4 ਤਾਰੀਖ ਬਾਬਾ ਜੀ ਨੇ ਦਿੱਤੀ ਹੈ, ਬੜੀ ਸ਼ਾਂਤੀ ਨਾਲ ਚੱਲਣਾ, ਪੰਥ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੈ। ਮਾੜੇ ਮੋਟੇ ਕਿਸੇ ਦੇ ਗੁੱਸੇ ਦੀ ਗੱਲ ਕਰਨ ਤੋਂ ਕ੍ਰੋਧ ਵਿੱਚ ਨਹੀਂ ਆਉਣਾ। 4 ਤਾਰੀਖ ਨੂੰ ਬਾਬਾ ਜੀ ਨੇ ਕਿਹਾ ਕਿ ਭਾਈ ਅਸੀਂ ਫੈਸਲਾ ਕੌਣ, ਸੋ ਉਸ ਦਿਨ ਐਲਾਨ ਸੰਗਤ ਦੇ ਸਾਹਮਣੇ ਕਰਾਂਗੇ। ਪੁਨਾ ਪੁਨਾ ਐਸੇ ਮੋਰਚੇ ਨਹੀਂ ਲੱਗਦੇ, ਉਸ ਦਿਨ ਪੰਥ ਵੱਲੋਂ ਡਿਕਟੇਟਰ ਰੂਪ ਵਿੱਚ ਹੁੰਦਾ ਹੈ ਜੋ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਆਪਾਂ ਨੂੰ ਕਹਿਣਗੇ, ਉਹਦੇ 'ਤੇ ਸਾਰਿਆਂ ਨੇ ਅਸਰ ਕਰਨਾ ਅਤੇ ਜਿਹੋ ਜਿਹਾ ਸਮਾਂ ਆਵੇਗਾ ਉਹ ਸਮੇਂ ਅਨੁਸਾਰ ਚੱਲਣਾ ਹੈ। ਜੋ ਇਹ ਤਸ਼ਾਦਤ ਸਿੰਘਾਂ 'ਤੇ ਹੋ ਰਹੇ ਹੈ ਇਹ ਨਹੀਂ ਖਿਆਲ ਕਰਨਾ ਕਿ ਇੱਕ 'ਤੇ ਹੋ ਰਿਹਾ, ਇਹ ਸਮਝਣਾ ਕਿ ਸਾਡੀ ਸਾਰੀ ਕੌਮ 'ਤੇ ਹੋ ਰਿਹਾ। ਸਿੱਖ ਵੱਖਰੀ ਕੌਮ ਕਹਿਣ ਤੋਂ ਉਹਨੂੰ ਬੜਾ ਭਾਰੀ ਦਰਦ ਹੈ, ਪਰ ਜੇ ਹੁੰਦਾ ਤੇ ਇਹਨਾਂ ਦੀ ਮਰਜ਼ੀ। ਪਤਾ ਲੱਗਿਆ ਕਿ ਉਹ ਸਿੰਘ ਵਿਚਾਰਾ ਤੜਫ ਰਿਹਾ ਅਤੇ ਇਲਾਜ ਵਾਲੇ ਕੁਝ ਤਾਂ ਹੁੰਦੇ ਹੀ ਹੈ ਵਿੱਚ ਹਮਦਰਦੀ, ਪਰ ਕੁਝ ਗੌਰਮੈਂਟ ਦਾ ਕੋਈ ਲੋਕ ਪ੍ਰੈਸ਼ਰ ਮੰਗਣ ਵਾਲੇ ਹੁੰਦੇ ਹੈ ਕਿ ਹੁਣ ਸਤਿਗੁਰੂ ਅੱਗੇ ਅਰਦਾਸ ਕਰੀਏ ਜੋ ਬਚ ਜਾਵੇ, ਅਤੇ ਪਤਾ ਕੋਈ ਨਹੀਂ ਗੌਰਮੈਂਟ ਕੋਈ ਟੀਕੇ ਟਾਕ ਨਾਲ ਹੀ ਉਹਦਾ ਕੰਮ ਕਰਵਾ ਦੇਵੇ। ਪਰ ਉਹ ਸਿੰਘ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾਂਦੀ ਹੈ। ਇੱਕ ਤਾਂ ਕੰਡ ਵਿੱਚ ਗੋਲੀ ਵੱਜੀ ਹੈ, ਕੁਝ ਗੋਲੀਆਂ ਉਹਦੇ ਪੱਟਾਂ ਅਤੇ ਲੱਤਾਂ ਵਿੱਚ ਵੀ ਮੈਨੂੰ ਪਤਾ ਹੈ ਲੱਗਾ ਕਿ ਵੱਜੀਆਂ, ਅਤੇ ਗੌਰਮੈਂਟ ਉਹਨੂੰ ਛੋਛੇ ਛੱਡਦੀ ਹੈ, ਆਖਰ ਜੀ ਖੰਡਾ ਕੱਢਿਆ। ਅਤੇ ਜਿਹੜੇ ਉਹਦੇ ਨਾਲ ਸਿੰਘ ਸੀ ਉਹ ਆ ਰਹੇ ਖੰਡਾ ਹੱਥ ਵਿੱਚ ਆ ਸਵੇਤ ਮਿਆਨ ਦੇ, ਅਤੇ ਤੁਰਿਆ ਹੁੰਦਾ ਦਰਬਾਰ ਸਾਹਿਬ ਨੂੰ ਅਤੇ ਪਿੱਛੋਂ ਗੋਲੀਆਂ ਮਾਰ ਕੇ ਮਾਰ ਦਿੱਤਾ। ਅਤੇ ਕੁਝ ਦਿਨ ਹੋਏ ਗੌਰਮੈਂਟ ਨੇ ਐਲਾਨ ਵੀ ਕੀਤਾ ਹੈ, ਆਖਿਆ ਜੀ ਜਿਹੜਾ ਦਿਸੇ ਗੋਲੀ ਮਾਰ ਦਿਓ, ਫਿਰ ਭਾਈ ਜਿਹੜਾ ਵੀ ਜਾ ਸਕਦਾ ਉਹਦੀ ਸਾਫ ਭਾਸ਼ਾ ਨਾਲ ਜਾਇਆ ਕਰੋ, ਇਹ ਪਤਾ ਕੋਈ ਨਹੀਂ ਉਹਨੇ ਕਿਹੜੇ ਮਾਰਨੀ ਹੈ, ਅਤੇ ਪੁੱਛਣ ਆਇਆ ਕਰੋ ਜੀ ਗੋਲੀ ਦਾ ਜਵਾਬ ਕਿਵੇਂ ਦੇਈਏ। ਸਾਨੂੰ ਜਦੋਂ ਪੁੱਛਣ ਆਉਣਾ ਉਦੋਂ ਤੁਹਾਨੂੰ ਅਗਲੇ ਨੇ ਰੋਡ 'ਤੇ ਗੱਡੀ ਚੜਾ ਦੇਣਾ, ਉੱਥੇ ਆਪਣਾ ਸਮਾਂ ਆਪ ਵਰਤਿਆ ਕਰੋ, ਗੋਲੀ ਤੋਂ ਬਚਣਾ ਕਿਵੇਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਸਭ ਸੰਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿੱਚ ਸਥਿਤ ਹੋ ਕੇ ਆਪ ਜੀ ਨੇ ਗੁਰਮੁਖਾਂ ਦੇ ਪਾਸੋਂ ਸੋਹਣੇ ਵਿਚਾਰ ਸੁਣੇ ਹਨ, ਜੋ ਇਹ ਧਰਮਯੁੱਧ ਮੋਰਚੇ ਦੇ ਨਾਂ ਥੱਲੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਪਿਆਰ ਕਰਨ ਵਾਲੇ, ਸ਼ਰਧਾ ਰੱਖਣ ਵਾਲੇ ਪ੍ਰੇਮੀ ਗ੍ਰਿਫਤਾਰੀਆਂ ਦੇ ਕੇ ਆਪਣੇ ਹੱਕ ਦੀ ਪ੍ਰਾਪਤੀ ਵਾਸਤੇ ਜੇਲ੍ਹਾਂ ਵਿੱਚ ਜਾ ਰਹੇ ਹਨ, ਇਹ ਐਸਾ ਕੇਵਲ ਸਿੱਖਾਂ ਨੂੰ ਕਰਨਾ ਪੈਂਦਾ ਹੈ।
बाकी होर लोगों नूं नहीं। इसका मुख कारण है कि सिख गुलाम हैं। भावें असी आजाद देश दे विच रह रहे हाँ पर इस देश की आजादी मानने वाले कुछ होर लोग हैं। आजादी वास्ते कुर्बानियां नेता प्रति हर रोज तुसी प्रमुख सज्जना ते इत्थे सुनदे हो जे 100 कुर्बानी इत्थे होई है, खून खुलिया है सिखां समुचे तौर ते प्राणियां दा, तां घट तों घट उस विचों 90 सिंघ शहीदियां दे के शहीदी का जां पी के इस आजादी धरती नूं याद करवाउण वास्ते कुर्बानी करके परलोक नूं गए। पर उसका मौला जी ये कर रहा है जे तुसा इत्थे कोई इकट्ठ करना है तां वी तुहाडियां तलाशियां तुहाडे ते नज़र रखी जा सकती है। जे तुसी शहर च जुलूस कढ़ना तुहाडे उपर पाबंदी है। परसों ते चौथे दा 2 दिन दा सीन तुहाडे सामने है। इस शहर दे विच कुछ लोगां ने इकट्ठिया हो के रामनौमी मनाउंदिया होया जलूस की शक्ल विच शहर विच दी विचरना कीता। तंबाकू जो बीड़ियां दे रूप विच सिंघां दे उपर सुट्टिया गया, सिंघां ने उस जज्बे नूं बर्दाश्त कीता है जिस जज्बे विच आ के सिख वड्डी तों वड्डी कुरबानी कर सकदा है। और शांतमई ढंग नाल इत्थों दा सुनेहा सुन के उन्होंने सबर किया, मूंह दे उपर धुआं भी मारिया गया, फिर भी बर्दाश्त किया। शहर दे नौजवान काफी संगत रूप विच इकट्ठे हो के इत्थे पहुंचे। सत्कारयोग संत बाबा हरचरण सिंह जी लौंगोवाल दे नाल दास जी विचार होई ते बाबा जी नेता प्रति आप तो शांति शांति कूकते हाँ बोलते हाँ, पर नौजवानों किस तरीके शांत किया जाए तो धक्का हो रहा है। टैलीफोन ते डीसी नूं भी दस्या गया, SSP नूं भी जानकारी दिती गई। सारी गल तो पता लगन तो पिछों ये सुनेहा जदों उन्हां कोले पहुंचे है तां उन्हां उत्तर यह दिता कि हुण कोई हालात नहीं बिगड़ेगा, असीं पूरा कंट्रोल करांगे, कल नूं कोई गड़बड़ नहीं होवेगी। दिन चढ़िया, शाम दा टाइम होया, ये हिंदू लोग इकट्ठे हो के भावें आपां कूकदे हाँ हिंदू साडे वड्डे भाई है, हिंदुआं दे असीं भरा हाँ। मैं अपनी अज 34-35 साल की उम्र विच अज तक किसी स्टेज ते जां अखबार विच किसी हिंदू दा असीं बयान नहीं पढ़िया कि असीं भी सिखां दे भाई हैं। कोई बंदा दस दो किसी ने पढ़िया होवे ते केवल सिख कहेगा, चाहे कोई संत है, चाहे कोई पढ़िया लिखा प्रचारक है, चाहे कोई अनपढ़ है, चाहे कोई घरे बहन वाला, चाहे हट्टी दुकान हलवाण वाला है, केवल सिख दे मूंह ये गल निकलेगी कि असीं भाई भाई हैं। उन्होंने कदे नहीं कहना। हिंदू लोग इकट्ठे होके जुलूस लेके आए, एक शांति कमेटी बनाई गई, वो सज्जन दे उत्ते पहुंचे, जुलूस चला गया। जुलूस के पिछों कुछ शरारती लोगों ने खालसा जी जो जुलूस के विच सी घोड़िया ते चढ़े हुए, उन्हां विच्चों गौरमेंट का आसरा लैके केवल सिखां नूं बदनाम करन वास्ते, श्री हरिमंदर साहिब की पवित्रता भंग करन वास्ते यह बहाना बनाया कि असीं दरबार साहिब के दर्शन घोड़िया नूं कराउणे हन। और उत्थे मौके ते सेवादारां ने पहरा दित्ता, जो शांतमई ढंग नाल खड़े सन। अखीर जदों उन्हां दी पेश ना कोई गई तो घोड़े लियाउण तों
संकोच हो ही रोकिया गया ते जानदे हुए खालसा जी ये काम कर गए ते रावला उसे ये पा दिता आखिर जी अकालिया ने बंब सुट दिता। ये तो सानू पता नहीं थे की हालत से उदे कदे सिख सिख से बंब सुट सकता किन्ने नौजवान दुकाना वाले जिन्हां दीआं दुकाना उस कस्बे विच लत्तां दे उपर बाहां दे उपर वखियां दे उपर किन्नियां भारी सट्टां लगियां होईयां सी जलूस कढ़न कोई पाबंदी नहीं ते तुसीं जलूस कढ़ना अपनी मर्जी नाल तुसीं रूप नहीं रख सकदे। तुसीं आपां सारे कह रहे आपां याद है आ जलूस कढ़ना ना गुरु नानक देव जी दी जो प्रकाश उत्सव की खुशी विच हुण थोड़े दिन है भला वेखांगे आपां अपनी मर्जी नाल रूट रख लैंदे हां रूट रखो उस वेले नहीं जी इधर खतरा तुसीं नहीं जा सकते पर जदों पता है कि इतनी भारी गड़बड़ हो रही है इधर शांतमई ढंग नाल मोर्चा चल रहा है उधरों लोग हकूमत के नशे विच आ के सिखां ते तशद्दुद करना चाहते हैं एदों वड्डी बेवकूफी ते गलती गौरमेंट की होर की हो सकती है ये दरबार साहब के सामने लिया के उन्होंने लोगों तो भंगड़ा पवाउण ते उन्हां तो नाच कराउण कि ये सिखां दी छाती के उपर पत्थर रखने के बराबर नहीं। दस कई महीनों तो वेख रहा है जदों सुनेहा आता है उदों यही खबर होंगी है जी सिख पुट सिटे हिंदुआ ने मार सिखां ते पै रही है ते अखबार विच खबर यह होंगी है जी सिखां ने हिंदू कुटे इत्थे दुकानां लुटियां गईयां टैलीफोन ते टैलीफोन हिंदुआं दे जांदे रहे दिल्ली नूं ते चंडीगढ़ नूं जदों इनकवायरी होई इत्थों टैलीफोन गए कि हिंदू लुटे गए ते जदों इनकवायरी ने सिद्ध कीता है तां उहदे चों पंज दुकानां पग्गां वालियां दीआं ते तिन्न हिंदुआं दीआं लुटिया कौन गया लुटे सिख गए ते रौला सेंटर च पै रहे हिंदू लुटे गए। अफसोस इस गल दा कि उह जिन्ना मर्जी वार करन धक्केशाही करन उहनां दे उपर कोई पाबंदी नहीं किन्ने वेर इत्थे लड़ाई होई है किन्ने वेर झगड़ा पिया है कदे किसे सिख ने रैफल चलाई है कदे किसे सिख ने वार कीता है ये कौन लोग है जे सिख अपनी आई ते आ जान ते इधरों स्टेज तो जरा कु माड़ा जिहा इशारा हो जावे मैनू पता लगा कहिंदे कि 70 फीसदी अगे इत्थे वसदे है जिहड़े भला गालां कढ़दे है ये सिंघो जदों तक अपने मन च गिणती मिणती है तदों तक आप सुतंत्र नहीं हो सकना। शेर का पुट एक होंदा ते भेड़ां दे जड़ बहुत फिरदे हुंदे आ रूड़ियां च पर शांति रखनी हुक्म मनना पंथ का यह तो कितने समा ऐसा आ गया उदे पता लगना जो 70% जाते किहड़े पासे नूं है। शांति शांति जथेदार जी शांति शांति प्रधान जी कूक रहे हैं दास भी इनका प्रति यह बेनती करता है बाकी साडे बुलारे स्टेज तो बोलते हैं वो सारे कहते नहीं भाई शांतमई ढंग नाल चलना है आपा शांति शांति कूकदे गोलियां गोलियां करते हैं किन्नी धक्केशाही किन्नी हुलड़बाजी है कल की अब तुम खबर सुनी होगी अखबारों से कोई रेशम सिंह नामे नरक धारिया सी कांडे दे हलके का उस बंदे ने 1978 विच 13 अप्रैल नूं विसाखी वाले दिन अपने लाइसेंसी हथियार नाल बेअंत सिंघां दा खून दा घाण कीता। समा आ गया सारे बरी हो गए उन्हां नूं एक दिन की कि एक घंटे की भी सजा नहीं हुई सखां विचों किसे नूं ते उहनूं पता नहीं गड्डी चढ़ाउण वाला किहड़ा चढ़ा के किधर उठ गया ते सानूं रिपोर्ट अज मिली है किसे खास थां तों कि बहुत भले मानस ते गुरमुख सुभाव वाले जिहड़े पिंड दे वसनीक सिख है उन्हां दे उपर तशद्दुद करन दी कोशिश कीती जा रही उन्हां नूं पकड़िया जा रहा कि पकड़िया उन्हां विचों सोहण सिंह नामे इत्थों जत्था तुरिया सी भाई डाक्टर जगजीत सिंह चौहान जी नूं कहिंदे आ जिहनूं कहिंदे खालसान वास्ते उह कोई उदम करदा अखबारां वाले पिट रहे हैं अखबारों के मुताबिक मैं कह रहे हैं जिहड़ा बाहर चलिया गया है उहदा भाई अमरीक सिंह इत्थों जत्था लै के तुरिया पंथ दा हुक्म मन के ते सानू पता लगा उहदा नाम भी उन्होंने लिखवा दिता कि इह भी विच
ਇਥੋਂ ਤੱਕ ਇੱਕ ਨਿਰਮਲ ਸਿੰਘ ਹੈ ਉਹ ਵੀ ਪੰਥ ਦਾ ਪੂਰਾ ਹਿੱਤੋਂ ਅਕਾਲੀ ਦਲ ਦਾ ਹੁਕਮ ਮੰਨਣ ਵਾਲੇ ਮੈਂਬਰ ਹੈ ਤੇ ਉਹਨਾਂ ਦਾ ਨਾਂ ਚੁੱਕ ਕੇ ਦੇ ਦਿੱਤਾ ਜੀ ਕਿ ਇਹਨਾਂ ਦੀ ਸ਼ਰਾਰਤ ਨਰਕ ਧਾਰੀਆਂ ਦੀ ਕੋਈ ਸ਼ਰਾਰਤ ਨਹੀਂ ਹਿੰਦੂ ਦੀ ਕੋਈ ਸ਼ਰਾਰਤ ਨਹੀਂ ਤੇ ਸਿੱਖ ਜੇ ਕਹੇ ਤੁਸੀਂ ਸਾਡੇ ਭਾਈ ਹੋ ਤੇ ਤਾਂ ਵੀ ਕਹਿੰਦੇ ਤੁਸੀਂ ਸਾਡੇ ਦੁਸ਼ਮਣ ਹੋ ਇਹਦੇ ਬਾਰੇ ਖਾਲਸਾ ਜੀ ਸੋਚਣਾ ਪਵੇਗਾ ਸਾਫ ਧਾਮਰਾ ਕਈ ਵਾਰ ਅੱਗੇ ਵੀ ਬੇਨਤੀ ਕੀਤੀ ਅੱਜ ਵੀ ਬੇਨਤੀ ਕਰਦਾ ਹਾਂ ਨੌਜਵਾਨੋ ਖਾਸ ਕਰਕੇ ਤੁਹਾਨੂੰ ਪੱਕੇ ਕੋਠੇ ਚ ਰਹਿੰਦੇ ਤੇ ਕੱਚੇ ਚ ਰਹਿਣਾ ਪਸੰਦ ਕਰੋ ਔਰ ਜਦੋਂ ਚਾਰ ਛਕੇਰੋ ਕੰਨਾਂ ਤੇ ਵੱਜਦੀਆਂ ਬਾਬਾ ਜੀ ਸਾਡੇ ਕੰਨਾਂ ਤੇ ਠੁਕਰੀ ਹੁਣ ਬਾਬਾ ਇਕੱਲਾ ਕੀ ਕਰੇ ਕੱਚੇ ਕੋਠੇ ਚ ਰਹਿਣਾ ਪਸੰਦ ਕਰੋ ਜੇ ਕੱਚੇ ਕੋਠੇ ਚ ਦਿਨ ਕੱਟਦੇ ਆ ਤੇ ਕੁਲੀਆਂ ਚ ਰਹਿਣਾ ਪਸੰਦ ਕਰੋ ਜੇ ਕੁਲੀਆਂ ਵਿੱਚ ਦਿਹਾੜੀ ਕੱਟ ਰਹੇ ਆ ਤੇ ਰੜੇ ਥਾਂ ਮੰਦਾਨੇ ਥਾਂ ਵਿੱਚ ਬੈਠ ਕੇ ਦਿਨ ਕੱਟਣੇ ਮਨਜ਼ੂਰ ਕਰ ਲਵੋ ਅੱਠੀ ਪੈਰੀ ਰੋਟੀ ਖਾਣੀ ਆਰੰਭ ਕਰ ਦਿਓ ਪਰ ਹਥਿਆਰ ਅੱਠੇ ਪੈਰ ਗਾਤੇ ਰਹਿਣਾ ਚਾਹੀਦਾ ਹਥਿਆਰ ਅੱਠੇ ਪੈਰ ਗਾਤਰੇ ਰੋਟੀ ਭਾਵੇਂ ਅੱਠੀ ਪੈਰੀ ਮਿਲੇ ਔਰ ਹਥਿਆਰ ਪਹਿਨ ਕੇ ਜ਼ਾਲਮ ਨਹੀਂ ਬਣਨਾ ਕਿਸੇ ਦੀ ਧੀ ਭੈਣ ਦੀ ਹੈ ਜਿਤਨੀ ਤੱਕਣੀ ਕਿਸੇ ਦੀ ਦੁਕਾਨ ਨਹੀਂ ਲੁੱਟਣੀ ਕਿਸੇ ਦਾ ਬੰਦਾ ਨਹੀਂ ਮਾਰਨਾ ਕਿਹੜਾ ਘਰਾਓ ਨਹੀਂ ਕਰਨਾ ਸ਼ਾਸਤਰ ਕੇਵਲ ਕੋਲ ਰੱਖਣਾ ਤੇ ਆਪਣੀ ਰੱਖਿਆ ਵਾਸਤੇ ਰੱਖਣਾ ਕਈ ਵੀਰ ਕਹਿੰਦੇ ਅਗਰ ਤੁਹਾਨੂੰ ਡਰ ਹੈ ਭਾਈ ਡਰ ਤਾਂ ਕਿਸੇ ਦਾ ਸਿੱਖ ਮੰਨਦਾ ਨਹੀਂ ਪਰ ਸਾਡੇ ਪਿਤਾ ਨੇ ਸਾਡੇ ਪਿਓ ਨੇ ਸਾਡੇ ਬਾਪੂ ਨੇ ਸਾਨੂੰ ਹੁਕਮ ਕੀਤਾ ਕਿ ਬਿਨਾਂ ਸ਼ਾਸਤਰ ਕੇ ਸਿੰਘ ਨਰਮ ਭੇਡ ਜਾਣੋ ਗਹਿ ਕਾਨ ਕਾਟੋ ਕਿਤੇ ਲਾ ਤੁਹਾਨੂੰ ਇਹੀ ਮੋਰ ਆਗਿਆ ਸੁਣੋ ਸਿੱਖ ਪਿਆਰੇ ਬਿਨਾਂ ਸ਼ਾਸਤਰ ਕੇ ਸਿੰਘ ਨਾ ਦੇਵਣ ਦੀਦਾਰੇ ਸਿੱਖ ਨੂੰ ਇੱਛਾ ਦਰਸ਼ਨਾਂ ਦੀ ਹੋ ਰਹਿ ਨਾ ਸਕਾ ਮੈਂ ਦੇ ਕੇ ਪ੍ਰੀਤਮਾ ਮੈਂ ਨੀਰ ਰਹੇਗਾ ਚੱਲਾ ਜੀਓ ਦਰਸ਼ਨ ਦੀ ਤਮੰਨਾ ਸਿੱਖ ਨੂੰ ਪਰ ਮਹਾਰਾਜ ਕਹਿੰਦੇ ਦਰਸ਼ਨ ਦੇਵਾਂਗੇ ਤਾਂ ਜੇ ਹਥਿਆਰ ਕੋਲ ਰੱਖੇਗਾ ਜੇ ਕੇਸਾ ਧਾਰੀ ਹੋਵੇਗਾ ਰਾਤ ਵਿੱਚ ਪੱਕਾ ਹੋਵੇਗਾ ਤੁਰੇ ਜਾਂਦੇ ਹੋ ਦੁਕਾਨਾਂ ਵਿੱਚ ਤੁਸੀਂ ਬੈਠੇ ਹੋ ਕੱਲ ਪ੍ਰੇਮੀ ਆਏ ਸੀ ਉੱਪਰ ਉੱਥੇ ਇੱਕ ਸਿੱਖ ਨੌਜਵਾਨ ਚੜ੍ਹਦੀ ਉਮਰ ਮੁੰਡੇ ਭਚੰਗੀ ਦੀ ਤੇ ਉਹਦੇ ਛਾਲ ਟੰਗੇ ਵੇ ਲੜੀ ਜੀ ਦੇ ਉੱਪਰ ਉਹ ਤਣੀ ਜੀ ਜਿਹੜੀ ਬਿਲਾਸ ਵਧੀ ਹੁੰਦੀ ਹੈ ਤੇ ਦੋ ਹਿੰਦੂਆਂ ਦੇ ਮੁੰਡੇ ਆਏ ਉਹ ਚੁੱਕ ਕੇ ਰਾਹ ਪੈ ਗਏ ਅਫਸੋਸ ਹੈ ਉਹਨਾਂ ਤੇ ਮੈਂ ਕੱਲ ਉਹਨਾਂ ਨੂੰ ਬੇਨਤੀ ਕਰਨੀ ਜੀ ਕੀਤੀ ਸੀ ਸਿੰਘੋ ਸੰਤਾਂ ਕੋਲੇ ਆ ਕੇ ਤੁਸੀਂ ਕਹਿੰਦੇ ਹੋ ਦਾਸ ਨੂੰ ਵੀ ਹੁਕਮ ਕਰਦੇ ਹੋ ਔਰ ਅਫਸੋਸ ਹੈ ਤੁਹਾਡੀ ਐਸੀ ਢਿੱਲੀ ਦਲੀਲ ਤੇ ਠੀਕ ਆ ਬਾਜ਼ਾਰ ਜਾਂਦੇ ਕਿਸੇ ਨੂੰ ਕੁਝ ਨੀ ਕਹਿਣਾ ਘਰਾਓ ਕਰਕੇ ਕਿਸੇ ਨੂੰ ਕੁਝ ਨੀ ਕਹਿਣਾ ਜਦੋਂ ਤੱਕ ਹੁਕਮ ਨਾ ਹੋਵੇ ਕਿੱਡਾ ਭਾਰੀ ਅਫਸੋਸ ਹੈ ਕਿ ਸਿੱਖ ਦੀ ਦੁਕਾਨ ਵਿੱਚ ਹਿੰਦੂ ਮਰੇ ਚਾਰ ਲੁੱਟਣ ਵਾਸਤੇ ਤੇ ਉਹ ਸਿੱਖ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਪੁਲਿਸ ਨੂੰ ਲਿਆ ਕੇ ਉਹ ਚਾਰੇ ਅੰਦਰੋਂ ਫੜਾਏ ਤੇ ਪੁਲਿਸ ਨੇ ਜਾ ਕੇ ਕਤਵਾਲੀ 'ਚ ਛੱਡ ਦਿੱਤੇ ਇਹਦੇ ਕੋਲ ਮੁਕੱਦਮਾ ਕਰੋਗੇ ਚਾਹੀਦਾ ਤੁਹਾਨੂੰ ਇਹ ਸੀ ਜਦੋਂ ਫੜ ਲਏ ਸੀ ਅੰਦਰ ਚੌਹਾਂ ਦੇ ਸਿਰ ਵੱਢ ਕੇ ਪਾਸੇ ਰੱਖੇ ਹੁੰਦੇ ਤੇ ਇੱਕ ਕਿਰਪਾਨ ਵਾਲਾ ਕੋਲ ਬੈਠਾ ਹੁੰਦਾ ਉਹਦੇ ਅੰਦਰ ਬਾਹਰ ਨਹੀਂ ਆਪਦੇ ਅੰਦਰ ਤੇ ਜਦੋਂ ਪੁਲਿਸ ਹੁੰਦੀ ਛਾਤੀ ਤੇ ਹੱਥ ਮਾਰ ਕੇ ਕਹਿ ਸਕਦਾ ਮੈਂ ਵੱਡੇ ਹੈ ਹੋਰ ਕੋਈ ਆ ਤੇ ਉਹਨੂੰ ਵੀ ਚਟਕਾਉਂਗਾ ਪਰ ਘਰੇ ਜਿਹੜਾ ਲੁੱਟਣ ਆਇਆ ਦੂਜੇ ਨੂੰ ਨਹੀਂ ਉਹਨੂੰ ਪਤਾ ਲੱਗ ਜਾਂਦਾ ਜੇ ਮੁੜ ਕੇ ਕੋਈ ਦੁਕਾਨ ਤੋਂ ਲੰਘਦਾ ਸ਼ਰਾਰਤ ਵਾਲਾ ਤੇ ਗੱਲ ਕਰਦੇ ਫੜਾ ਕੇ ਅੰਦਰੋਂ ਛੜਾ ਕੇ ਕਤਵਾਲੀ ਚੋਂ ਆ ਕੇ ਕਹਿੰਦੇ ਬਾਬਾ ਜੀ ਪੁਲਿਸ ਨੇ ਛੱਡ ਦਿੱਤੇ ਹੁਣ ਬਾਬਾ ਜੀ ਕੀ ਕਰੇ ਬਾਹਰ ਤਾਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਸਾਨੂੰ ਸ਼ਾਂਤੀ ਦਾ ਹੁਕਮ ਹੈ ਉਹ ਘਰੋਂ ਦੁਕਾਨ ਲੁੱਟਣਾ ਜੇ ਪਹਿਲਾਂ ਮਾਂ ਭੈਣ ਤੇ ਧੀ ਨੂੰ ਬੇਟੀ ਨੂੰ ਚੁੱਕ ਕੇ ਲੈ ਜਾਂਦੇ ਪੱਲੇ ਕੀ ਸੀ ਆਪਣੇ ਸਿੱਖਾਂ ਦੇ ਮੁੰਡੇ ਬਾਜ਼ਾਰਾਂ ਚ ਫੜ ਕੇ ਕੁੱਟੀ ਦੇ ਜਾ ਰਹੇ ਹੈ ਤੇ ਲਾਰਿਆਂ ਨੂੰ ਅਸੀਂ ਘਰੋਂ ਫੜਾ ਗਏ ਆਪਦੇ ਚੋਰੀ ਕਰਨ ਨੂੰ ਤਾਂ ਵੀ ਕੋਈ ਕੁਝ ਨਹੀਂ ਕਹਿੰਦਾ ਇਹ ਸੋਚਣਾ ਪੈਣਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਪ੍ਰਧਾਨ ਸਾਹਿਬ ਦਾ ਹੁਕਮ ਆਪਾਂ ਮੰਨਣਾ ਹੈ ਔਰ ਪ੍ਰਧਾਨ ਸਾਹਿਬ ਨੇ ਕਿਸ ਨੂੰ ਇਹ ਆਗਿਆ ਕੋਈ ਨਹੀਂ ਦਿੱਤੀ ਕਿ ਤੇਰੇ ਘਰੇ ਆਵੇ ਤੂੰ ਜਾ ਮਾਰ ਕੇ ਲੈ ਜਾ ਤੂੰ ਪ੍ਰਧਾਨ ਕੋਲ ਸੁਨੇਹਾ ਲੈ ਕੇ ਆ ਜਾਈਏ ਪ੍ਰਧਾਨ ਨੇ ਕਿਸੇ ਨੂੰ ਨਹੀਂ ਕਿਹਾ ਕਹੀਂ ਇਹ ਤੁਹਾਡੀ ਜ਼ਿੰਮੇਵਾਰੀ ਬਣ ਗਈ ਸਾਰਿਆਂ ਦੀ ਸੋ ਮੈਂ ਬੇਨਤੀ ਕਰਾਂਗਾ 4 ਤਾਰੀਖ ਤੱਕ ਜੋ ਪ੍ਰਧਾਨ ਸਾਹਿਬ ਦਾ ਹੁਕਮ ਹੈ ਪੂਰੀ ਸ਼ਾਂਤੀ ਨਾਲ ਚੱਲੋ ਧੀਰਜ ਤੇ ਧੰਮਣ ਨਾਲ ਚੱਲੋ ਜੋ ਸੁਨੇਹਾ 4 ਤਾਰੀਖ ਨੂੰ ਇਸ ਸਟੇਜ ਤੋਂ ਪ੍ਰਧਾਨ ਸਾਹਿਬ ਜੀ ਡਿਕਟੇਟਰ ਰੂਪ ਵਿੱਚ ਆਪਾਂ ਨੂੰ ਦੇਣਗੇ ਉਹਦੇ ਤੇ ਆਪਾਂ ਪੂਰਾ ਪਹਿਰਾ ਦੇਣਾ ਪਰ ਹੱਥਾਂ ਬਾਹਰ ਕਰਾ ਰਿਹਾ ਵੈਰੀ ਨਹੀਂ ਹੁੰਦਾ ਮਿੱਤ ਦੇ ਮੁਤਾਬਕ ਸਾਵਧਾਨ ਵੀ ਰਹਿਣਾ ਸਾਰੇ ਖੁਸਰੇ ਬਣ ਕੇ ਲੱਤਾਂ ਇਹਨਾਂ ਖਾਈ ਚੱਲੀਏ ਕੁਛ ਅਣਖ ਤੇ ਗੈਰਤ ਤੋਂ ਕੰਮ ਲੈਣਾ ਚਾਹੀਦਾ ਤੇ ਬੜੀ ਧੀਰਜ ਤੇ ਤੰਬੜੀ ਰੱਖਣੀ ਹੈ ਪਰ ਉੱਥੋਂ ਤੱਕ ਜਿੱਥੋਂ ਤੱਕ ਧਰਮ ਦੀ ਬੇਇੱਜ਼ਤੀ ਨਾ ਹੋਵੇ ਜਿੱਥੇ
से धर्म से धक्का हो रहा है, गुरु ग्रंथ साहब के स्वरूप में अग लग रही है। एक चेता आ गया सतगुरु से गल कर साधन तो लैके पंजाब का जिक्र गया। मुख्यमंत्री यह कहता आ रहा है कि भिंडरा वाला अत्तवादी है। मैं अब बाबा जी से बेनती कर दी सी जरा मुश्किला पाए हिंदुस्तान की प्राइम मिनिस्टर का राजदूत ने हेल की कह रही है वो इतने मिल के गया सवर्ण सिंह उन्हें कल खबर दी है कि भिंडरा वाला एक धार्मिक नेता है ते पंजाब का मुख्यमंत्री कहता अत्तवादी है। हम फैसला तो पहले ना घर ही होना चाहिए जे तो प्राइम मिनिस्टर के दूत ने झूठ बोलिया तो इंदिरा गद्दी छड़नी चाहिए है ते जे दरबारा झूठ बोलता तो फिर उन्होंने छड़नी चाहिए है। दोनों का घट फैसला होना चाहिए। एल जी भेजा हुआ कहना धार्मिक नेता तो मुख्यमंत्री कहना डाकू है। हम तुम सोचना गुरु की संगत ने बन के लिया है पर यह जरा एल जी मिल के गया है इन्हें बैठ के गल्ला कीतियां सुन के धार्मिक नेता कहा है ते जेड़ा जकर गया वह अखबारों च सुन सुन के कही जाता है अत्तवादी है। कई होर भी प्रेमी हैं कहिंदे ये बड़ा कट्टड़ है ये पसाल करांदा ते जदों बैठ के करदे गल बाबा जी पिछलियां गलतियां लिखियां बख्श दो सानू तां पता ही नहीं सी तुसीं इहो जिहा कोई वह भी कोई मर्द है वह भी कोई मनुख है वह भी कोई पढ़िया लिखिया जेड़ा बिना किसी नाल मिलाप कीते तो मन घट गल्लां कर करके झूठे दोष लै जाए पिछों के लिखना दे दिओ पहले ही नहीं गल करो। सो मिल के चलना प्रधान का हर हुक्म मनना मन मर्जी वरतनी नहीं ते धी भैन की इज्जत चुकानी नहीं घरे किसी ने जायो ना ते घरे निराश मोड़ना बड़ा भारी पाप होगा। इन्नी बेनती करना थोड़े को खिमा मंगता है। वाहेगुरु जी का खालसा।